हुकूमत दे 3 साल पूरे को हो गए ने, तुसी की सोच दे ठीक है या नहीं? बड़े चंगे हो गए ने, बड़े चंगे हो गए ने। किस तरह? अल्लाह करे हुण जान छुट जावे। अल्लाह करे जी। हाँ जी। किस तरह जान छुटेगी, तुसी किस तरह जान छुटेगी? अल्लाह दा नेक बंदा आ जावे जी। ਤੁਹਾਡੀ ਨਜ਼ਰ ਕਿਹੜਾ ਅੱਲਾ ਦਾ ਨੇਕ? ਨਹੀਂ ਅੱਲਾ ਦਾ ਨੇਕ ਬੰਦੇ ਤਾਂ ਹਨ ਸਾਰੇ, ਜਿਹੜਾ ਚੰਗਾ ਆਮ ਵਾਸਤੇ ਚੰਗਾ ਸੋਚੇ। ਅੱਛਾ। ਹਾਂਜੀ। ਇਸ ਹਕੂਮਤ ਤੁਸੀਂ ਮਤਲਬ ਕਿ ਮੁਤਮਿਨ ਨਹੀਂ ਜੇ? ਅਸੀਂ ਆਨੇ ਬੜੀ ਮਹਿੰਗਾਈ ਹੋਈ ਹੈ ਜੀ, ਮਾਨ ਟੁੱਕਰ ਖਾਣਾ ਬੜਾ ਮੁਸ਼ਕਿਲ ਹੋਇਆ ਖਲੋਤਾ, ਡਰ ਪੱਕਦਾ ਹੀ ਨਹੀਂ ਹੁਣ ਤਾਂ। ਇੱਕ ਡੰਗ ਸਬਜ਼ੀ ਆਉਂਦੀ, ਦੂਜਾ ਡੰਗ ਲੱਭਦੀ ਨੇ। ਸਿਰਫ ਮਹਿੰਗਾਈ ਦੀ ਵਜ੍ਹਾ? ਹੋਰ ਵੀ ਕਾਫੀ ਜੀ, ਆ ਵੇਖੋ ਜੀ, ਫੀਸਾਂ ਬੜੀਆਂ ਗਣੀਆਂ, ਟੈਕਸ ਲੱਗ ਗਿਆ ਜੀ। ਗੌਰਮੈਂਟ ਸਕੂਲ ਕੀ ਤਾਂ ਫੀਸ ਹੈ ਹੀ ਨਹੀਂ? ਨਹੀਂ, ਸਕੂਲੇ ਹੁਣ ਸਾਡੇ ਪੜ੍ਹਨ ਦੀ ਉਮਰ ਹੀ ਨਹੀਂ ਰਹਿ ਗਈ, ਹੁਣ ਅਸੀਂ ਸਕੂਲੇ ਕਿਤੋਂ ਪੜ੍ਹੀਏ? ਹੁਣ ਅਸੀਂ ਤਾਂ ਟੁੱਕਰ ਪਾਣੀ ਖਾਵਣਾ। ਆਪਕੇ ਬੱਚੇ ਤਾਂ ਮਤਲਬ ਹੋਣਗੇ ਨਾ, ਉਹ ਪ੍ਰਾਈਵੇਟ ਸਕੂਲ ਮੈਂ ਜਾਂ ਸਰਕਾਰੀ ਸਕੂਲ ਮੈਂ ਜਾਂਦੇ ਹੈ? ਕਹਾਂ ਸੇ ਜਾਂਦੇ ਹੈ? ਕੋਈ ਨਹੀਂ ਜਾਂਦੇ, ਕੋਈ ਨਹੀਂ ਜੀ, ਘਰੇ ਡਰ ਕੇ ਬੈਠੇ ਹਾਂ ਜੀ। ਬੱਗੂਆ ਕਰੋਨਾ ਵਾਲੇ ਫਸ ਲੈਂਦੇ ਨਾ, ਦਿਨ ਕਰੋਨਾ ਆਈ ਖਲੋਤੀ। ਅੱਛਾ। ਇਹਦੇ ਵਜ੍ਹਾ ਤੋਂ ਬੈਠੇ ਹਾਂ। ਵੈਸੇ ਆਪਕੇ ਬੱਚੇ ਪ੍ਰਾਈਵੇਟ ਜਾਂਦੇ ਹੈ ਸਕੂਲ ਜਾਂ ਸਰਕਾਰੀ ਸਕੂਲ? ਤਾਂ ਹੀ ਕੋਈ ਨਹੀਂ ਜਾਂਦੇ, ਛੋਟੇ ਛੋਟੇ ਬਾਲ ਹਨ, ਟੁੱਕਰ ਪੂਰਾ ਹੀ ਨਹੀਂ ਹੁੰਦਾ ਸੀ ਘਰੀਏ ਕੀ ਜੀ। ਟੁੱਕਰ ਨਹੀਂ ਪੂਰਾ ਹੁੰਦਾ? ਨਹੀਂ, ਅੱਲਾ ਕਹੀਏ ਬਾਤ ਤੋਂ ਇਹ 100% ਦਰੁਸਤ ਹੈ ਕਿ ਆਪ ਮਹਿੰਗਾਈ ਕਾ ਮਸਲਾ ਹੈ ਹਮਾਰੇ ਮੁਲਕ ਮੇਂ, ਇਹ ਤੋਂ ਬਾਤ ਇਮਰਾਨ ਖਾਨ ਖੁਦ ਵੀ ਕਰਤਾ ਹੈ। ਤੇ ਉਹਦੇ ਜਨਾਬ ਜੀ ਵਿਕਦੇ ਹੈ ਤੇ ਹਟ ਕੇ ਉਸ ਨਾਲ ਗਣੇ ਜਿਹੜੀ ਅਗਲੀ ਪਕਾਉਣ ਵਾਸਤੇ ਲੱਗ ਜਾਂਦੇ ਨੇ। ਆਪ ਕਿਸਾਨ ਹੈ? ਹਾਂਜੀ। ਕਿਸਾਨ ਤਾਂ ਬੜੇ ਖੁਸ਼ ਹੈ ਇਮਰਾਨ। ਬਿਜਲੀ ਹੈ ਜੀ, ਉਹ ਬਿਜਲੀ ਉਸ ਤੋਂ ਗਣੀ ਮੰਗੀ ਜੀ, ਉਹ ਕਰਨੇ ਆ ਜੀ। ਸ਼ਾਮੀ ਜੇ ਫਸਲ ਜਿਹੜੀ ਚਾਹ ਕੇ ਵੇਚ ਲਵੇ, ਹਟ ਕੇ ਤਕਸੀਮ ਜਾਂ ਮਤ ਫਰੀਕ ਕਰੀਏ, ਤੋ ਐਂ ਲੱਗਦਾ ਵੀ ਹੁਣ ਕੋਈ ਨਹੀਂ ਬਚਿਆ ਗਾ ਜਨਾਬ ਅਗਲੇ ਬੂਹੇ। ਇਸ ਪਿਛਲੇ ਦੌਰੇ ਹਕੂਮਤ ਹੈ ਹੁਣ ਮੈਂ ਆਪਕ ਬਚਤ ਹੋ ਜਾਤੀ ਸੀ ਜ਼ਿਆਦਾ? ਹਾਂ ਜੀ, ਉਦੋਂ ਕੁਝ ਖੈਰ ਸੱਲਾ ਆਏ ਜੀ, ਕੋਈ ਟੈਕਸ ਟੁਕਸ ਥੋੜ੍ਹੇ ਆਉਣ, ਤੋ ਇਹਦੇ ਨਾਲ ਕੋਈ ਗੁਜ਼ਾਰਾ ਹੋ ਜਾਂਦਾ, ਖਾਦਾਂ ਖੂੰਦਾ ਸਸਤੀਆਂ ਆਉਣ, ਕੋਈ ਤੇਲ ਸਸਤੇ ਆਉਣ। ਰੇਟ ਵੀ ਤਾਂ ਕੰਮ ਥੇ ਨਾ ਉਸ ਵਕਤ, ਗੰਦਮ ਕਾ ਰੇਟ ਤਾਂ 1000-1200, ਅਬ ਉਹਨਾਂ ਨੇ 2000 ਕੀਆ ਹੋਇਆ, 1800 ਕੀਆ ਹੋਇਆ। ਹੁਣ ਗੰਦਮ ਦਾ ਕੀ ਕਰੀਏ ਜੀ, ਹੁਣ ਸਾਡੇ ਤਾਂ 2-2 ਕਿੱਲੇ ਨੂੰ ਸਾਨੂੰ ਫਾਇਦਾ, ਜਿਹਨਾਂ ਦਾ 400-400 ਕਿੱਲਾ ਸਾਨੂੰ ਕਿਆ ਫਾਇਦਾ? ਇਹੀ ਤਾਂ ਮਸਲਾ ਨੇ, ਆਪ ਵੀ 400 ਏਕੜ ਕਰ ਲੈ, ਉਹ ਤਾਂ ਕੋਈ ਮਸਲਾ ਨਹੀਂ। ਉਹ ਤਾਂ ਇਮਰਾਨ ਖਾਨ ਨੇ ਮਨੇ ਨਹੀਂ ਕਿਹਾ ਆਪਕੋ ਕਿ ਆਪ ਆਪਣਾ ਕਾਰੋਬਾਰ ਨਾ ਬਣਾ। ਇਮਰਾਨ ਖਾਨ ਨੂੰ ਸਾਨੂੰ ਜ਼ਮੀਨ ਨਾ ਦੇਣੀ, ਉਸ ਤਾਂ ਵੱਡਿਆਂ ਨੂੰ ਦੇਣੀ, ਸਾਨੂੰ ਕਦੋਂ ਦੇਵਣੀ? ਆਪਨੇ ਜ਼ਮੀਨ ਆਪਣੀ ਲੈਣੀ ਹੈ ਜਾਂ ਠੇਕੇ ਪੇ ਲੈਣੀ ਹੈ, ਕੁਛ ਵੀ ਕਰਨਾ, ਇਹ ਤਾਂ ਆਪ ਦਾ ਹੀ ਜਾਣਾ। ਇਮਰਾਨ ਖਾਨ ਦੇ ਜੋ ਠੇਕੇ ਜੋ ਕਿ ਪੈਸੇ ਹੁੰਦੇ ਤਾਂ ਮੁੜੋ ਘਰੇ ਆਦਾ ਬੈਠਾ ਟੁੱਕਰ ਖਾਧੀ ਰੱਖੀ ਆ, ਮੁੜ ਜਿਹੜੀ ਜ਼ਿੰਦਗੀ ਪੂਰੀ ਕਰ ਲਵੀ ਆ। ਮਹਿੰਗਾਈ ਕੇ ਇਲਾਵਾ ਇਮਰਾਨ ਖਾਨ ਕੀ ਕੋਈ ਇੱਕ ਬਾਤ ਜੋ ਆਪ ਅੱਛੀ ਲੱਗੀ ਹੋ ਕਿ ਉਸਨੇ ਯਾਰ ਮੁਲਕ ਮੈਂ ਅੱਛਾ ਕੰਮ ਕੀਆ? ਨਹੀਂ ਬਈ, ਮੈਨੂੰ ਤਾਂ ਕਾਹੇ ਵੀ ਚੰਗੀ ਕਾਹੇ ਨਹੀਂ ਲੱਗੀ। ਅੱਛਾ, ਜਿਹੜਾ ਉਹਨਾਂ ਤੁਹਾਨੂੰ ਅਮਰੀਕਾ ਨੂੰ ਅੱਡੇ ਨਹੀਂ ਦਿੱਤੇ, ਇਹ ਵੀ ਨਹੀਂ ਤੁਹਾਨੂੰ ਚੰਗੇ ਲੱਗਦੇ? ਕਿਹੜੇ ਆ, ਕੋਈ ਹੈ ਜੀ ਜਿਹੜਾ ਅਮਰੀਕਾ ਵਾਲਾ ਜਿਹੜਾ ਥੋੜ੍ਹਾ ਕੀਤਾ ਨਾ ਜੀ, ਕੋਈ ਤਾਂ ਮੁਸਲਮਾਨਾਂ ਦਾ ਦਿਫਾਅ ਕੀਤਾ, ਇੱਕ ਇੰਡੀਆ ਨਾਲ ਜਿਹੜਾ ਨਹੀਂ ਰਲਦੇ ਪਏ, ਇਹ ਉਹਨਾਂ ਦੀ ਮਿਹਰਬਾਨੀ ਹੈ ਜੀ ਜਿਹੜੀ ਉਹਨਾਂ ਕੀਤੀ, ਇਹਦੇ ਤੋਂ ਖੁਸ਼ ਹੈ ਜੀ। ਅਤੇ ਬਾਕੀ ਤਾਂ ਫਿਰ ਨਿਜ਼ਾਮ ਹੈ ਉਹ, ਉਹਦੇ ਸ਼ਾਇਦ ਉਹਦੇ ਵੱਸ ਕੋਈ ਨਹੀਂ, ਇਹ ਤਾਂ ਵਾਸਤੇ ਹੁੰਦਾ ਪਿਆ ਜੀ, ਜੇ ਉਹਦੇ ਵੱਸ ਹੈ ਤਾਂ ਅੱਲਾ ਉਹਨੂੰ ਉਹਦੀ ਮਿਹਰਬਾਨੀ ਜੀ, ਅਗਰ ਇਹਦੇ 'ਤੇ ਵੀ ਕੋਈ ਕੰਟਰੋਲ ਕਰੇ ਤਾਂ ਜ਼ਿਆਦਾ ਬਿਹਤਰ ਹੈ ਜੀ। ਮਹਿੰਗਾਈ ਆਪ ਕਮ ਜ਼ਿਆਦਾ ਬੜਾ ਮਸਲਾ, ਬੜਾ ਜ਼ਿਆਦਾ ਮਸਲਾ ਹੈ ਜੀ, ਪਰੇਸ਼ਾਨੀ। ਇੱਕ ਔਰ ਚੀਜ਼, ਆਪ ਪਾਕਿਸਤਾਨ ਮੇਂ ਰਹਿਤੇ ਰਹੇ ਜਾਂ ਪਹਿਲੇ ਕਭੀ ਬਾਹਰ ਵੀ? ਨਹੀਂ ਜੀ, ਥਾਂ ਹੀ ਕਹਿ ਰਹੇ। ਅੱਛਾ, ਇਹ ਬਤਾ ਦੇ ਕਿ ਜੋ ਪਾਕਿਸਤਾਨ ਕਾ ਇਮੇਜ ਹੈ, ਜੋ ਪਾਕਿਸਤਾਨ ਕਾ ਇਮੇਜ ਹੈ ਆਲਮੀ ਸਤਹ ਪੇ, ਉਹ ਥੋੜ੍ਹਾ ਸਾ ਪਹਿਲੇ ਸੇ ਜ਼ਿਆਦਾ ਅੱਛਾ ਹੋਗਾ ਜਾਂ ਬੁਰਾ ਹੋਗਾ? ਨਹੀਂ, ਇਹਦੇ ਬਾਰੇ ਇਲਮ ਨਹੀਂ ਹੈ ਭਾਈ, ਇਸਕੇ ਬਾਰੇ ਮੇਂ ਇਲਮ ਨਹੀਂ ਹੈ। ਅੱਛਾ, ਅਫਗਾਨਿਸਤਾਨ ਮੇਂ ਅਬ ਤਾਲਿਬਾਨ ਕੀ ਹਕੂਮਤ ਆਨੇ ਵਾਲੀ, ਤਾਲਿਬਾਨ ਪਹਿਲੇ ਵੀ ਪਾਕਿਸਤਾਨ ਮੇਂ ਤਾਂ ਤਕਰੀਬਨ ਕਰਵਾਤੇ ਰਹੇ ਹਲਮਲੇ ਹਮਲੇ ਵਗੈਰਾ, ਤਾਂ ਆਪਕਾ ਕਿਆ ਖਿਆਲ ਹੈ ਕਿ ਅਫਗਾਨਿਸਤਾਨ ਮੇਂ ਅਗਰ ਤਾਲਿਬਾਨ ਆਪਣੀ ਹਕੂਮਤ ਬਣਾਤੇ ਹੈ ਤਾਂ ਪਾਕਿਸਤਾਨ ਭੈਣ ਚੰਗਾ ਕਰਦਾ, ਮੁਸਲਮਾਨ ਤਾਂ ਹਨ ਨਾ ਜੀ? ਅੱਛਾ, ਉਹ ਪਾਕਿਸਤਾਨ ਕੇ ਲਈ ਮਹਿਫੂਜ਼ ਹੋਗੀ? ਹਾਂਜੀ, ਮੁਸਲਮਾਨ ਨੇ ਚੰਗੇ ਨੇ ਜੀ, ਮੁਸਲਮਾਨ ਚੰਗੇ ਲੱਗਦੇ ਨੇ ਅਗਰ ਉਹ ਮੁਸਲਮਾਨਾਂ ਦੇ ਦਿਫਾਅ ਵਾਸਤੇ ਕੁਝ ਕਰਨ, ਤਾਂ ਗੈਰ ਮੁਸਲਮ ਜਿਹੜੇ ਨੇ ਉਹ ਸਾਡੇ ਜਦੋਂ ਦੀਨ ਦੇ ਖਿਲਾਫ਼ ਨੇ ਤਾਂ ਸਾਡੇ ਖਿਲਾਫ਼ ਨੇ, ਸਾਡੇ ਹਰ ਮੁਸਲਮਾਨ ਦੇ ਖਿਲਾਫ਼ ਨੇ। ਜਦੋਂ ਸਾਡਾ ਦੀਨ ਮਜ਼ਬੂਤ ਹੈ, ਸਾਡੇ ਅੱਲਾਹ ਦੇ ਮਹਿਬੂਬ ਦਾ ਜਿਹੜਾ ਫਰਮਾਇਆ ਅੱਲਾਹ ਤਾਲਾ ਨੇ ਫਰਮਾਇਆ ਸੀ ਉਹਦੀ ਇਤਾਤ ਕਰਨੇ, ਅਤੇ ਜਦੋਂ ਸਾਡੇ ਮੁਸਲਮਾਨ ਹੀ ਮਹਿਫੂਜ਼ ਨਹੀਂ ਰਹਿੰਦੇ ਤਾਂ ਫਿਰ ਸਾਨੂੰ ਤਾਂ ਉਹਨਾਂ ਨਾਲ ਚੰਗੇ ਨਹੀਂ ਲੱਗਦੇ। ਚੰਗੇ ਤਾਂ ਉਹ ਲੱਗਦੇ ਨੇ ਕਿ ਜਿਹੜੇ ਇਹ ਜਿਹੜੇ ਸਾਡੇ ਅੱਜ ਮੁਸਲਮਾਨਾਂ ਦੇ ਦਿਫਾਅ ਵਾਸਤੇ ਉਹਨਾਂ ਨੂੰ ਉੱਤੋਂ ਕੱਢਦੇ ਪੈਣ ਤੋਂ ਤਿਆਹ ਦੀ ਹਕੂਮਤ ਬਣਾਉਂਦੇ ਪੈਣ, ਉਹ ਚੰਗੇ ਨੇ। ਇਸਕੋ ਨਿਕਾਲਨੇ ਮੈਂ ਅਮਰੀਕਾ ਕੋ ਵਹਾਂ ਸੇ ਅਫਗਾਨਿਸਤਾਨ ਸੇ ਨਿਕਾਲਨੇ ਮੈਂ, ਆਪਕੋ ਨਹੀਂ ਲੱਗਦਾ ਕਿ ਕਹੀਂ ਨਾ ਕਹੀਂ ਇਮਰਾਨ ਖਾਨ ਨੇ ਵੀ ਕੋਸ਼ਿਸ਼ ਕੀ ਹੈ? ਇਮਰਾਨ ਖਾਨ ਹੈ ਜੀ, ਕੋਈ ਉਹਨਾਂ ਦੀ ਹਮਾਇਤ ਕੀਤੀ ਉਸ ਜੀ, ਤਾਂ ਹੀ ਕੁਝ ਕੀਤਾ ਜੀ। ਉਹਨੂੰ ਹਕੂਮਤ ਬਗੈਰ ਤਾਂ ਕੁਝ ਨਹੀਂ ਹੁੰਦਾ ਜੀ, ਹਕੂਮਤ ਕੁਝ ਉਹਨਾਂ ਦੇ ਨਾਲ ਆਸਰਾ ਕੀਤਾ ਹੈ ਤੇ ਉਹਨਾਂ ਕੁਝ ਅਗਲੇ ਬੰਦਾ ਵੀ। ਆਪ ਇਮਰਾਨ ਖਾਨ ਕੀ ਹਕੂਮਤ ਕੋ 100 ਮੇਂ ਸੇ ਕਿਤਨੇ ਨੰਬਰ ਦੇ? ਐਨ ਜੀ, ਮੈਂ 40 ਨੰਬਰ ਉਹਨਾਂ ਨੂੰ ਦੇਣਾ ਜੀ। ਮਤਲਬ ਕਿ ਇਮਰਾਨ ਖਾਨ